ਇਹ ਸੈਫ ਆ ਜੀ, ਤੇ ਇਹਦਾ ਜਿਹੜਾ ਮੁੱਠਾ ਆ ਉਹ ਥੋੜ੍ਹਾ ਪੁਰਾਤਨ ਆ ਜੀ, ਬੱਚਿਆਂ ਵਾਸਤੇ ਹੈ। ਇਹਦਾ ਮੁੱਠਾ ਹੈ ਰਾਜਸਥਾਨੀ ਮੁੱਠਾ ਕਿਹਾ ਜਾਂਦਾ ਹੈ। ਅੱਛਾ ਜੀ, ਹਾਂਜੀ, ਇਹਦਾ ਡਿਜ਼ਾਈਨ ਹੈ ਰਾਜਸਥਾਨ ਦੇ ਵਿਰਸੇ ਦੇ ਨਾਲ ਸੰਬੰਧ ਰੱਖਦਾ। ਇਹ ਖੰਡਾ ਆ ਜੀ, ਜਿਸ ਖੰਡੇ ਦੇ ਨਾਲ ਮਹਾਰਾਜ ਜੀ ਨੇ ਇਸੇ ਤਰੀਕੇ ਦੇ ਖੰਡੇ ਦੇ ਨਾਲ ਜਿਹੜੀ ਅੰਮ੍ਰਿਤ ਖੰਡੇ ਵੱਟ ਦੀ ਜਿਹੜੀ ਪਾਹੁਲ ਤਿਆਰ ਕੀਤੀ ਗਈ ਆ, ਇਸੇ ਤਰ੍ਹਾਂ ਦੀ ਨਾਗਣੀ ਸੀ ਜਿਹਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਨੇ ਜਿਹੜਾ ਆ ਉਹ ਮੱਸੇ ਹਾਥੀ ਨੂੰ ਸੋਧਾ ਲਾਇਆ ਸੀਗਾ। ਜਿੱਦਾਂ ਬਿਲਕੁਲ ਲਾਗੇ ਆ ਜਾਂਦਾ ਕੋਈ ਦੁਸ਼ਮਣ ਉਹਦੇ ਵਾਸਤੇ ਹੁੰਦਾ ਹੈ, ਜਿਹਦਾ ਅੱਜ ਆਪਾਂ ਜਿਹੜਾ ਪਿਸਟਲ ਆ ਉਹ ਰੱਖਦੇ ਆ। ਪੁਰਾਣੇ ਸਮੇਂ ਦੇ ਵਿੱਚ ਕਟਾਰ ਰੱਖੀ ਜਾਂਦੀ ਸੀ, ਇਹਦੇ ਬਹੁਤ ਸਾਰੇ ਰੂਪ ਨੇ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਵੇਂ ਆਪਾਂ ਪਹਿਲਾਂ ਸ਼ਾਸਤਰਾਂ ਦੇ ਉੱਤੇ ਨਿਗਾਹ ਮਾਰੀ ਹੈ, ਕਿਤਾਬਾਂ ਦੇ ਉੱਤੇ, ਗ੍ਰੰਥਾਂ ਦੇ ਉੱਤੇ ਜੀ, ਉਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਸਿੱਖੀ ਦਾ ਜਿਹੜਾ ਦੂਜਾ ਪੱਖ ਹੈਗਾ ਬਹੁਤ ਬਿਲਕੁਲ ਨਾਲ ਹੀ ਚੱਲਦੇ, ਵੱਖ ਕਰਕੇ ਨਹੀਂ ਦੇਖਿਆ ਜਾਂਦਾ, ਸ਼ਬਦ ਅਤੇ ਨਾਲ ਸ਼ਸਤਰ ਜੀ। ਇਹ ਵੱਖ ਵੱਖ ਸ਼ਸਤਰ ਨੇ, ਜਿੱਦਾਂ ਇਹ ਤੇਗਾ ਆ, ਇਹ ਜਿੱਦਾਂ ਇੱਥੇ ਆਪਣੇ ਵੀਰ ਸੇਵਾ ਕਰਦੇ ਨੇ ਲੰਗਰ ਹਾਲ ਦੇ ਵਿੱਚ ਜਾਂ ਉਸ ਤਰ੍ਹਾਂ ਸੇਵਾ ਕਰਦੇ ਨੇ, ਅਤੇ ਉਹਨਾਂ ਵਾਸਤੇ ਛੋਟੇ ਆਕਾਰ ਦੇ ਜਿਹੜੇ ਸ਼ਸਤਰ ਨੇ ਕੁਝ ਉਹ ਮੰਗਵਾਏ ਨੇ ਕਿ ਤਾਂ ਕਿ ਉਹ ਸੇਵਾ ਵੀ ਕਰਨ ਅਤੇ ਉਹ ਡਿਸਟਰਬ ਨਾ ਹੋਣ ਜੀ। ਇਹ ਸੈਫ ਆ ਜੀ, ਅਤੇ ਇਹਦਾ ਜਿਹੜਾ ਮੁੱਠਾ ਆ ਉਹ ਥੋੜ੍ਹਾ ਪੁਰਾਤਨ ਆ ਜੀ, ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਹੋਇਆ ਕਰਦੇ ਸੀਗੇ ਜੀ। ਇਹ ਹੈਗਾ ਜੀ, ਇਹ ਵੀ ਸੈਫ ਆ ਪਰ ਇਹ ਛੋਟੀ ਆ ਸੈਫ ਜੀ, ਬੱਚਿਆਂ ਵਾਸਤੇ ਹੈ। ਇਹਦਾ ਜਿਹੜਾ ਮੁੱਠਾ ਹੈ ਰਾਜਸਥਾਨੀ ਮੁੱਠਾ ਕਿਹਾ ਜਾਂਦਾ ਹੈ। ਅੱਛਾ ਜੀ, ਹਾਂਜੀ, ਇਹਦਾ ਡਿਜ਼ਾਈਨ ਹੈ ਰਾਜਸਥਾਨ ਦੇ ਵਿਰਸੇ ਦੇ ਨਾਲ ਸੰਬੰਧ ਰੱਖਦਾ ਹੈ। ਇਹ ਸਾਰੇ ਪੁਰਾਤਨ ਨੇ ਨਾ? ਇਹ ਜਿਹੜੇ ਡਿਜ਼ਾਈਨ ਸਾਰੇ ਪੁਰਾਤਨ ਨੇ, ਬਣੇ ਨਵੇਂ ਹੋਏ ਨੇ ਵੈਸੇ ਜੀ। ਹਾਂਜੀ, ਕੋਈ ਪੁਰਾਤਨ ਸ਼ਸਤਰ ਹੁਣ ਬਹੁਤ ਜ਼ਿਆਦਾ ਜਿਹੜੇ ਉਹ ਸਿੰਘਾਂ ਦੇ ਕੋਲ ਹੈਗੇ ਨੇ, ਪਰ ਇਤਨਾ ਆਮ ਮਿਲਦੇ ਬਹੁਤ ਘੱਟ ਨੇ ਜੀ। ਇਹ ਖੰਡਾ ਆ ਜੀ, ਜਿਸ ਖੰਡੇ ਦੇ ਨਾਲ ਮਹਾਰਾਜ ਜੀ ਨੇ ਇਸੇ ਤਰੀਕੇ ਦੇ ਖੰਡੇ ਦੇ ਨਾਲ ਜਿਹੜੀ ਅੰਮ੍ਰਿਤ ਖੰਡੇ ਵੱਟ ਦੀ ਜਿਹੜੀ ਪਾਹੁਲ ਤਿਆਰ ਕੀਤੀ ਗਈ ਆ ਜੀ ਜੀ। ਇਹ ਹੈਗੀ ਆ ਨਾਗਣੀ ਵਰਸ਼ਾ ਜੀ, ਇਹਦੇ ਅੱਗੇ ਸਲੋਤਰ ਲੱਗ ਕੇ ਜਿੱਦਾਂ ਉਹ ਆਪਾਂ ਬਣਾਇਆ ਹੋਇਆ ਜੀ, ਅਤੇ ਉਹ ਨਾਗਣੀ ਆ ਜਿਹਦੇ ਨਾਲ ਇਸੇ ਤਰ੍ਹਾਂ ਦੀ ਨਾਗਣੀ ਸੀ ਜਿਹਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਨੇ ਜਿਹੜਾ ਆ ਉਹ ਮੱਸੇ ਹਾਥੀ ਨੂੰ ਜਿਹੜਾ ਸੋਧਾ ਲਾਇਆ ਸੀਗਾ ਅਨੰਦਪੁਰ ਸਾਹਿਬ ਦੇ। ਉਹ ਚੀਜ਼ ਬਾਰੇ ਦੱਸੋ ਜੀ। ਇਹ ਨਹੀਂ ਆਪਣੇ ਜਿਹੜਾ ਇਹ, ਹਾਂਜੀ, ਇਹ ਜੀ ਕਮਰ ਕੱਸੇ ਦਾ ਸ਼ਸਤਰ ਆ ਜੀ, ਕਟਾਰ ਹਾਂਜੀ 25 ਹਾਂਜੀ, ਅਤੇ ਇਹ ਜਿੱਦਾਂ ਆਪਾਂ ਬਿਲਕੁਲ ਕਲੋਜ਼ ਕੌਂਬੈਟ ਵਾਸਤੇ ਹੁੰਦੇ ਆ ਜੀ। ਹਾਂਜੀ, ਇਹਦੇ ਇੱਥੋਂ ਕੱਢ ਕੇ ਆਪਾਂ ਅਤੇ ਨਾਲ ਹੀ ਜਿੱਦਾਂ ਬਾਬਾ ਸੁੱਖਾ ਸਿੰਘ ਹੋਣਾ ਦੀ ਸਾਖੀ ਆਪਾਂ ਸਾਂਝੀ ਕੀਤੀ ਆ ਜੀ, ਉੱਥੋਂ ਆਪਾਂ ਦੇਖਦੇ ਹਾਂ ਵੀ ਜਿੱਦਾਂ ਬਿਲਕੁਲ ਲਾਗੇ ਆ ਜਾਂਦਾ ਕੋਈ ਦੁਸ਼ਮਣ ਉਹਦੇ ਵਾਸਤੇ ਹੁੰਦਾ ਹੈ, ਜਿਹਦਾ ਅੱਜ ਆਪਾਂ ਜਿੱਦਾਂ ਪਿਸਟਲ ਆ ਉਹ ਰੱਖਦੇ ਆ। ਪੁਰਾਣੇ ਸਮਿਆਂ ਦੇ ਵਿੱਚ ਕਟਾਰ ਰੱਖੀ ਜਾਂਦੀ ਸੀ, ਇਹਦੇ ਬਹੁਤ ਸਾਰੇ ਰੂਪ ਨੇ। ਠੀਕ ਆ ਜੀ, ਸੋ ਉਹ ਹੈਗਾ ਇਹ ਛੋਟਾ ਪੇਚਕਾ ਵਿੱਚ, ਉਹ ਵੀ ਕਮਰ ਕੱਸੇ ਦਾ ਸ਼ਸਤਰ ਆ ਜੀ। ਇਹ ਹੈਗਾ ਗੋਲੀਆ ਆ ਜੀ, ਇਹ ਜਿਹੜੀ ਸ਼ੇਪ ਆ ਗੋਲੀਆ, ਇਹ ਮਤਲਬ ਹੈ ਸਾਰੇ ਪੁਰਾਤਨ ਆ। ਇਹ ਸਮੇਂ ਪੁਰਾਤਨ ਪਰ ਡਿਜ਼ਾਈਨ ਸਾਰੇ ਪੁਰਾਣੇ ਨੇ, ਪਰ ਇਹ ਬਣਾਏ ਨਵੇਂ ਹੋਏ ਨੇ, ਨਵੇਂ ਹੋਏ ਨੇ। ਹਾਂਜੀ, ਇਹਦਾ ਖੰਡੇ ਆ, ਹਾਂਜੀ, ਖੰਡਾ ਸਭ ਤੋਂ ਪੁਰਾਤਨ ਸ਼ਸਤਰ ਹੈ, ਖੰਡਾ ਹੀ ਆ ਜੀ। ਹਾਂਜੀ, ਪਰ ਬੇਸ ਸਾਰਾ ਕੁਝ ਜਿਹੜਾ ਪੁਰਾਤਨ ਆ, ਪੁਰਾਤਨ ਆ। ਹਾਂਜੀ ਜੀ ਜੀ, ਬਹੁਤ ਵਧੀਆ। ਤੇ ਇੱਕ ਇੱਕ ਕਾਰ ਨੇ ਬੱਚਿਆਂ ਵਾਸਤੇ, ਜਿੱਦਾਂ ਟੰਗੇ ਨੇ, ਕੜੇ ਨੇ, ਕਿਰਪਾਨ। ਹਾਂਜੀ ਜੀ, ਕਿਉਂਕਿ ਵਿਸਾਖੀ ਦੇ ਉੱਤੇ ਖਾਸ ਕਰਕੇ ਸਾਰਿਆਂ ਨੂੰ ਹੁੰਦਾ ਹੈ ਕਿ ਅਸੀਂ ਸ਼ਸਤਰ ਖਰੀਦੀਏ, ਅਸੀਂ ਕੁਝ ਨਾ ਕੁਝ ਘਰ ਨੂੰ ਲੈ ਕੇ ਜਾਈਏ ਯਾਦਗਾਰ ਵੱਲੋਂ, ਇਸ ਕਰਕੇ ਇਹ ਆਪਾਂ ਉਪਰਾਲਾ ਜਿਹੜਾ ਕੀਤਾ ਗਿਆ ਸੀਗਾ ਜੀ। ਸੁਰਜੀਤ ਸਿੰਘ ਜੀ, ਤੁਹਾਡੀ ਜਿਹੜੀ ਜਾਣਕਾਰੀ ਬਹੁਤ ਵਡਮੁੱਲੀ ਆ, ਅਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਸਾਡੀ ਸਮਾਂ ਕੱਢਿਆ, ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੀ ਇਹ ਹੈਲਪ ਕਰੂਗੀ ਇਹ ਵੀਡੀਓ, ਅਤੇ ਕੁਛ ਨਾ ਕੁਛ ਉਹਨਾਂ ਨੂੰ ਜਾਣਕਾਰੀ ਜਿਹੜਾ ਇਹ ਵਾਧਾ ਕਰੂਗੀ ਜੇ ਉਹ ਸਮਝਣ ਵਾਲੇ ਹੋਏ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।